ਹਾਂਜੀ ਯਾਰ, ਕੀ ਹਾਲ ਚਾਲ ਸਾਰੇ ਦੋਸਤਾਂ ਮਿੱਤਰਾਂ ਦਾ? ਉਮੀਦ ਕਰ ਤੁਸੀਂ ਠੀਕ ਠਾਕ ਹੋਵੋਗੇ, ਤੁਹਾਡੇ ਜਾਨਵਰ ਵੀ ਸੈੱਟ ਵੈੱਟ ਹੋਣਗੇ। ਅਤੇ ਲਓ ਜੀ, ਅੱਜ ਛੱਡਤੇ ਆਪਾਂ ਬੱਚੇ, ਜਿਵੇਂ ਕਿ ਤੁਸੀਂ ਕੱਲ੍ਹ ਨੁੰਨੇ ਦੇ ਖੁੱਡਿਆਂ ਨੂੰ ਦਰਵਾਜ਼ੇ ਲਾਤੇ, ਅਤੇ ਖਰਚੇ ਬਾਰੇ ਤੁਹਾਨੂੰ ਮੈਂ ਦੱਸਦਾ, ਗੱਲਬਾਤ ਆਪਾਂ ਕਰਦੇ ਹਾਂ। ਪਹਿਲਾਂ ਦੇਖ ਲਓ ਬੱਚੇ, ਇੱਥੇ ਆਪਾਂ ਛੋਟੇ ਪਾਏ ਵੇ ਸਾਰੇ, ਹੈ ਨਾ? ਇਹਨਾਂ ਨੂੰ ਦਾਣੇ ਦੂਣੇ ਦੇ ਕੇ ਮੈਂ ਸਵੇਰੇ ਪਾ ਦੇ ਠੰਡੇ ਠੰਡੇ। ਅਤੇ ਇੱਕ ਬਾਈ ਨੇ ਨਾ ਕਮੈਂਟ ਕੀਤਾ ਸੀਗਾ, ਜੇ ਉਹ ਬਾਈ ਵਲੌਗ ਦੇਖ ਰਿਹਾ ਨਾ, ਆਪਾਂ ਯਾਰ ਕਿਸੇ ਵੀ ਛੋਟੇ ਬੱਚੇ ਨੂੰ ਬੰਨਦੇ ਨਹੀਂ ਗੇ, ਹਾਲਾਂਕਿ ਮੈਂ ਵੱਡੇ ਬੱਚਿਆਂ ਨੂੰ ਵੀ ਨਹੀਂ ਬੰਨਦਾ, ਇਕੱਲਾ ਉਹ ਬੱਚਾ ਮੈਂ ਜ਼ਰੂਰ ਬੰਨਦਾ ਵੇ, ਕਿਉਂਕਿ ਉਹ ਨਾ ਡਿੱਗ ਡੁੱਗ ਪਿਆ। ਹਾਂਜੀ ਹਾਂ ਹਾਂ, ਉਹ ਵੀ ਛੱਡੀ ਆ। ਹੁਣ ਸਾਰੇ ਕਿੰਨੇ ਛੱਡੇ ਆ ਪਤਾ ਹੀ, ਕੰਮ ਕਰੜਾ ਵਾਪੇ ਦਾ। ਲਓ ਜੀ, ਆਹ ਬੱਚੇ ਨੂੰ ਵੀ ਆਪਾਂ ਨਾ ਇੱਕ ਦੋ ਦਿਨ ਰੁੱਕ ਕੇ ਡਾਵਾਂਗੇ, ਇਹਨੂੰ ਤਾਂ ਬਿਠਾਇਆ ਵਿਆ ਹੈ ਨਾ, ਇਹਨੂੰ ਆਪਾਂ ਛੇੜਦੇ ਨਹੀਂ, ਹਜੇ ਹੈਗਾ ਛੋਟਾ, ਜਿਹੜੀ ਗੱਲ ਆ। ਅਤੇ ਊਂ ਖੁੱਲ੍ਹਾ ਮੈਂ ਬਿਠਾ ਦਿੰਦਾ ਹੁਣ ਨਾ, ਸਵੇਰੇ ਸਵੇਰੇ ਕਿਤੇ ਨਾ ਕਿਤੇ, ਹੈ ਨਾ, ਜਾਂ ਸ਼ਾਮੀ ਜਦੋਂ ਦੂਜੇ ਕਬੂਤਰ ਬਾਹਰ ਹੁੰਦੇ, ਆਹ ਬੱਚੇ ਬਾਹਰ ਹੁੰਦੇ ਆ, ਅਤੇ ਇਹਨਾਂ ਨੂੰ ਹੁਣ ਆਪਾਂ ਕੱਢ ਕੇ ਅਤੇ ਅੰਦਰ ਛੱਡ ਦਿੰਦੇ, ਇਹ ਚੱਲ ਜਾਣਗੇ, ਇੱਥੋਂ ਖੋਲ੍ਹਦੇ ਹਾਂ, ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਮੈਂ ਕਰਦਾ ਸਾਰੀਆਂ। ਇਹਨਾਂ ਨੂੰ ਖੁੱਡਾ ਖੋਲ੍ਹਦੇ ਹੁੰਦੇ ਪਹਿਲਾਂ, ਫਿਰ ਦੇਖਿਓ ਅੰਦਰ ਭੱਜ ਕੇ ਜਾਣਗੇ। ਹਾਂ ਵੀ ਸ਼ੇਰੋ, ਚੱਕੋ ਜੀ, ਆਹ ਵੀ ਤੁਹਾਨੂੰ ਮੈਂ ਦਿਖਾਵਾਂ ਸਾਰੇ ਜਾਨਵਰ, ਬੱਚੇ ਬੱਚੇ ਸਾਰੇ ਬਾਹਰ ਹੀ ਆ ਆਲਮੋਸਟ। ਇੱਧਰ ਡੱਬੀ ਦੇ ਆਂਡੇ, ਅਤੇ ਇੱਕ ਜੋੜਾ ਆਪਾਂ ਇੱਧਰ ਛੱਡਤਾ, ਹੈ ਨਾ, ਆਹ ਵਾਲਾ, ਇਹਦੇ ਨਾਲ ਉਹ ਕਬੂਤਰੀ ਉਹ ਲੱਗੀ ਹੋਈ ਆ, ਉਹ ਤੁਹਾਨੂੰ ਮੈਂ ਦੱਸਦਾ, ਇਹ ਉਹੀ ਜੋੜਾ ਜਿਹਨਾਂ ਦਾ ਆਂਡਾ ਗੈਪ ਹੋ ਜਾਂਦਾ ਸੀ। ਹਾਂਜੀ ਹਾਂਜੀ, ਅਤੇ ਹੁਣ ਛੱਡਦੇ ਆਪਾਂ ਬੱਚੇ ਸਾਰੇ, ਲੱਗ ਗਿਆ ਦਰਵਾਜ਼ੇ, ਚੱਕੋ ਜੀ, 1, 2, 3, 4, 5, 6, 7, 8, 9, and 10। ਲਓ ਜੀ, ਸਾਰੇ ਬੱਚੇ ਆਪਾਂ ਛੱਡਤੇ, ਇਹ ਚੱਲ ਜਾਣਗੇ। ਚਲੋ 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 ਬੇਟਾ, ਚਲੋ ਚਲੋ, ਖੜਨ ਦਾ ਕੰਮ ਨੀਗਾ, ਚਲੋ ਸਿਆਣਾ ਬਣ ਮੇਰਾ ਪੁੱਤ, ਚੱਲ ਚੱਲ ਚੱਲ, ਭੱਜਾ 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 ਭੱਜਾ, ਤੁਹਾਨੂੰ ਵੇਖ ਕੇ ਨਾ ਇੱਥੇ ਕੋਈ ਹੋਰ ਵੀ ਉਹ ਦੇਖ ਲਿਆ, ਤੇਰੇ ਨਾਲ ਸੂਟ ਆ ਲਿਆ, ਭੱਜਿਆ ਜਾਂਦਾ। ਚੱਲ ਮੇਰਾ ਪੁੱਤ, ਚੱਲ 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 ਚੱਲ, ਸ਼ਾਵਾ 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 ਸ਼ਾਵਾ, ਝੋਟਿਆ ਬੱਲੇ 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 ਬੱਲੇ। ਚਲੋ ਜੀ ਚਲੋ, ਬਸ ਆਈ ਫਿਰਦੇ ਫੁਰਦੇ ਰਹਿੰਦੇ, ਆਈ ਇਹ ਦਾਣੇ ਦੁਣੇ ਆਪੇ ਵੀ ਖਾ ਲੈਂਦੇ, ਹੈ ਨਾ, ਆਪਾਂ ਦੇ ਵੀ ਦਿੰਦੇ ਹੁੰਦੇ ਹਾਂ, ਅਤੇ ਬਾਕੀ ਇਹਨੂੰ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਫੀਡ ਵੀ ਦਿੰਦੇ ਹੁੰਦੇ, ਸਰੋਂ ਵੀ ਦਿੰਦੇ ਹੁੰਦੇ ਹਾਂ, ਸਰੋਂ ਉਹ ਤਾਂ ਤੁਹਾਨੂੰ ਪਤਾ ਹੀ ਹੈ, ਹੈ ਨਾ, ਅਤੇ ਫੀਡ ਆਪਾਂ ਮੁਰਗਿਆਂ ਵਾਲੀ ਦਿੰਦੇ ਹੁੰਦੇ, ਗਰੋਥ ਵਾਲੀ, ਅਤੇ ਬਾਕੀ ਬੱਚਿਆਂ ਦੀ ਗਰੋਥ ਤੁਸੀਂ ਦੇਖ ਲਓ ਸਾਰੇ, ਹੁਣ ਹੈ ਆਪਾਂ ਹੈਂਡ ਓਵਰ ਕੀਤੇ, ਕਹਿਣ ਤੋਂ ਬਾਅਦ ਹੈਂਡ ਫੀਡ ਦਿੰਦੇ ਸਾਰਿਆਂ ਨੂੰ, ਓਕੇ ਰਿਪੋਰਟਾਂ। ਹੁਣ ਇਹਨਾਂ ਦਰਵਾਜ਼ਾ ਲਾ ਦਿੰਦੇ ਆਪਾਂ, ਬਾਹਲਾ ਨਹੀਂ ਛੇੜਦੇ, ਕਿਉਂਕਿ ਦੂਜੇ ਬੱਚੇ ਜਿਹੜੇ ਵੱਡੇ ਉੱਡੇ ਫਿਰਦੇ ਨਾ, ਉਹ ਇਹਨਾਂ ਨੂੰ ਵੇਖ ਕੇ ਫਿਰ ਆਉਣਗੇ, ਤੁਹਾਨੂੰ ਦਿਖਾਉਂਦਾ ਮੈਂ। ਹੋ ਫਿਰਦੇ ਹਰੇ, ਇੱਕ ਹੋ ਫਿਰਦਾ, ਇੱਕ ਆ ਰਿਹਾ ਢਿੱਡ ਟੋਰੀ ਵਾਲਾ, ਦਿਖਦਾ ਤੁਹਾਨੂੰ? ਹਾਂ ਹਾਂ ਹਾਂ, ਕਲੀਅਰ। ਬਾਕੀ ਤੁਹਾਨੂੰ ਨੁੰਨੇ ਦੇ ਖੁੱਡਿਆਂ ਦਾ ਵਿਊ ਚੈੱਕ ਕਰਾਉਣਾ, ਇੱਥੋਂ ਜ਼ੂਮ ਕਰਕੇ ਥੋੜ੍ਹਾ ਜਿਹਾ, ਅਤੇ ਉਹ ਪੰਗਾਂ ਬਾਰੀਆਂ ਤੋਤੇ ਰੰਗੀਆਂ, ਆਹਦੇ ਪੰਗਾਂ, ਠੀਕ ਹੈ ਜੀ। ਲਓ ਜੀ, ਉਹ ਜਾਂਦਾ ਪੱਲੇ ਵਾਲਾ ਆਪਣਾ, ਹੋ ਵੀ ਚੱਲਿਆ, ਆ ਰਿਹਾ ਢਿੱਡ ਟੋਰੀ ਵਾਲਾ, ਆਹ ਦੇਖੋ
ਇਹਨੇ ਤਾਂ ਹੁਣ ਬਹਿ ਜਾਣਾ, ਆਪ ਹੀ ਬਹਿ ਜਾਂਦਾ, ਹੁਣ ਮੈਂ ਛੱਤੀ ਛੁੱਤੀ ਨਹੀਂ ਹਿਲਾਉਂਦਾ। ਅਤੇ ਆਪਾਂ ਨਾ ਜਦੋਂ ਇਹ ਬਹਿ ਗਿਆ ਇਹਨੂੰ ਵੀ ਤਾੜ ਦਿੰਦੇ ਹਾਂ, ਉਹ ਲਾਲ ਥਰੇ ਬੱਚੇ ਨੂੰ ਵੀ ਲਾ ਦਿੰਦੇ ਹਾਂ, ਫਿਰ ਦੇਖਦੇ ਹਾਂ ਦੂਜੇ ਕਦੋਂ ਆਉਂਦੇ। ਆਇਆ 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 ਆ ਗਿਆ ਆ ਗਿਆ ਆ ਗਿਆ ਆ ਗਿਆ ਆਉਂਦਾ ਆਇਆ 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 ਆ ਗਿਆ ਆ ਗਿਆ ਆ ਗਿਆ ਆਇਆ 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 ਹਜੇ ਨਹੀਂ ਵੱਜਣ ਤਾਂ ਮਾਰਦੇ ਹੈ ਨਾ, ਬੱਚੇ ਨੂੰ ਪਤਾ ਲੱਗ ਜੂਗਾ। ਆਪਾਂ ਛਤਰੀ ਨਹੀਂ ਭੜਕਾਉਂਦੇ, ਊਂ ਤਾਂ ਭੜਕਾਈ 'ਤੇ ਆ ਜਾਂਦਾ ਉਹਦੀ ਸਿਆਣਾ ਵਾ, ਬਾਕੀ ਸਾਰੇ ਹੋ ਫਿਰਦੇ ਬੱਚੇ ਉਹਦੇ, ਡੰਡਿਆਂ ਵਾਲਾ ਵੀ ਅਤੇ ਉਹ ਵੀ ਟੂਸੇ ਕਾਂਤ ਵਾਲਾ ਵੀ, ਅਤੇ ਬਾਕੀ ਇੱਕ ਹੋਰ ਹੈਗਾ ਪੱਲੇ ਵਾਲਾ, ਇੱਕ ਗਾਲ ਕਾਂਤ ਰਹਿ ਜਾਂਦਾ। ਹੋ ਚੜ੍ਹ ਗਿਆ ਬੱਚਾ, ਹਜੇ ਨਹੀਂ ਆਉਂਦਾ। ਚੱਲ ਨਿਗਾਹ ਰੱਖਦੇ ਹਾਂ ਆਪਾਂ, ਹੁਣ ਮੈਂ ਤੁਹਾਡੇ ਨਾਲ ਕਰਦਾ ਗੱਲਬਾਤ। ਅਤੇ ਬਾਕੀ ਨੁਨੇ ਦੇ ਖਰਚਾ ਆ ਗਿਆ ਖੁੱਡਿਆਂ 'ਤੇ 900 ਰੁਪਈਆ। ਉਹ ਬੰਦੇ ਨੇ ਆਪਣੀ ਹੈ ਨਾ ਪਹਿਲਾਂ ਵੀ ਉਹ ਤੋਂ ਬਿਲਡਿੰਗ ਬੁਲਡਿੰਗ ਕਰਾਉਂਦੇ ਨੇ ਆ ਮੁਕੇਸ਼ ਨਾ, ਵੀ ਉਹਦੇ ਨਾਲ ਵਾਹਵਾ ਬਣਦੀ ਕਰਕੇ 1000 ਰੁਪਈਆ ਕਹਿੰਦੇ ਇੱਕ ਵਾਰੀ ਦੋਨਾਂ ਵਾਰੀਆਂ ਦਾ ਖਰਚਾ ਵੀ 500-500 ਰੁਪਈਆ। ਅਤੇ ਸਮਾਨ ਸਾਡਾ ਆਪਦਾ ਸੀਗਾ, ਜਾਲੀ ਜੂਲੀ ਸਾਰਾ ਕੋਈ ਨਟ ਬੋਲਟ ਸਾਡੇ, ਬਸ ਉਹਦੇ ਤਾਂ ਬਿਲਡਿੰਗ ਦੇ ਇਕੱਲੇ ਲਏ ਆ। ਅਤੇ 1000 ਕਹਿੰਦੇ ਅਸੀਂ 900 ਰੁਪਈਆ ਦਿਆ ਏ, ਅਤੇ ਰੱਖ ਲਏ ਉਹਨੇ ਹੈ ਨਾ ਬੰਦਾ ਗੋਡਾ, ਬੰਦਾ ਇੱਥੋਂ ਲੋਕਲ ਹੀ ਆਪਣੀ, ਉਹ ਬਾਜ਼ਾਰ 'ਚ ਆ ਉਹਦੀ ਦੁਕਾਨ। ਹੋਰ ਬਾਕੀ ਰੰਗ ਰੁੰਗ ਤਾਂ ਹੈ ਨਾ ਉਹਦਾ ਆਪਣੇ ਦੀ ਕਪੈਸਿਟੀ ਵੀ ਜਿੰਨਾ ਕਰਨਾ ਵਾ, ਜਿੰਨਾ ਕੁ ਹੁੰਦਾ ਬਾਰੀਆਂ ਨੂੰ ਉਹ ਵੀ ਕਰਿਆ ਗਿਆ, ਵੀ ਕੀਤਾ ਵਿੱਚ ਹੀ ਉਹ ਲਾ ਲਓ। ਚਲੋ ਮੰਨ ਕੇ ਚੱਲੋ ਵੀ ਤੁਸੀਂ 1200-1300 'ਚ ਬਾਰੀਆਂ ਦੋਨੇ ਰੈਡੀ ਹੋ ਗਈਆਂ ਹੈ ਨਾ, ਹੁਣ ਉਹਨੂੰ ਟੰਗ ਲਾਂਗੇ, ਡਰਿੱਲ ਤੋਂ ਮੰਗ ਲਿਆਵਾਂਗੇ ਰੋਬ ਨਾਰਕੇ ਦੀ ਹੈ ਨਾ, ਅਤੇ ਲਿਆ ਕੇ ਟੰਗ ਲਾਂਗੇ, ਇੰਨਾ ਹੀ ਕੰਮ ਆ। ਬਾਕੀ ਹੋਰ ਛੱਤ ਪਾਵਾਂਗੇ ਜਦੋਂ ਖਰਚਾ ਖੁਰਚਾ ਤੁਹਾਨੂੰ ਦੱਸਦਾ ਵੀ ਕਿੰਨਾ ਕੁ ਆਉਂਦਾ। ਸਲੈਬਾਂ ਜਿਹੀਆਂ ਪਾਵਾਂਗੇ ਲਾਲ ਜਿਹੀਆਂ ਜਿਹੜੀਆਂ ਹੁੰਦੀਆਂ ਹੁੰਦੀਆਂ, ਅਤੇ ਬੱਚੇ ਆ ਫਿਰਦੇ ਆ ਕਿੱਧਰ ਗਏ, ਉਹ ਜਾਂਦੇ ਆ ਆਉਂਦਾ ਟੈਡ ਟੋਰੀ ਵਾਲਾ ਆ ਰਿਹਾ ਆ ਰਿਹਾ। ਬਾਕੀ ਨਾ ਅੱਜ ਯਾਰ ਪਤਾ ਨਹੀਂ ਕੀ ਚੱਕਰ ਹੈ ਨਾ, ਮੇਰੇ ਨਾ ਗਲਾ ਦਰਦ ਕਰੀ ਜਾਂਦਾ, ਮੈਂ ਨਾ ਮੈਡੀਸਨ ਲੈ ਕੇ ਆਉਂਦਾ, ਬੜਾ ਵਲੋਗ ਨਹੀਂ ਬਣਦਾ, ਬੋਲਿਆ ਘੱਟ ਹੀ ਜਾਂਦਾ ਥੋੜ੍ਹਾ ਜਿਹਾ, ਪਤਾ ਨਹੀਂ ਗਲੇ 'ਚ ਐਂ ਲੱਗਦਾ ਜਿਵੇਂ ਨਾ ਕੁਛ ਮਤਲਬ ਕੀ ਲੱਗਿਆ ਹੋਇਆ, ਜਿਵੇਂ ਫਸਿਆ ਗਿਆ ਤੂੰ ਹੈ ਨਾ, ਕੁਛ ਮੈਨੂੰ ਮਹਿਸੂਸ ਜਿਹਾ ਹੋਈ ਜਾਂਦਾ, ਮਤਲਬ ਕਿ ਭਾਰਾ ਭਾਰਾ ਲੱਗੀ ਜਾਂਦਾ ਗਲਾ। ਆਪਾਂ ਚੱਲ ਕੇ ਮੈਡੀਸਨ ਮੈਂ ਲੈ ਕੇ ਆਉਂਦਾ, ਇਹ ਵਲੋਗ ਆਪਾਂ ਤੁਹਾਨੂੰ ਥੋੜ੍ਹੇ ਜਿਹੇ ਬੱਚੇ ਦਿਖਾ ਦਿੰਦੇ ਹਾਂ, 2 ਮਿੰਟ ਹੋਰ ਉੜਦੇ ਅੜਦੇ ਹੈ ਨਾ। ਬਾਕੀ ਤੁਹਾਨੂੰ ਇੱਧਰ ਕਬੂਤਰ ਵੀ ਦਿਖਾਉਣਾ ਹੱਥ 'ਚ, ਬਾਕੀ ਸਰੋਂ ਹੋਰ ਲਿਆਂਦੀ ਸੀ, ਬਾਲਟੀ ਭਰੀ ਪਈ ਆ, ਅਤੇ ਲੰਡੇ ਹੁਣ ਅਸੀਂ ਧਰ ਲਈ ਤਾਂ ਆਂਡੇ ਨਵੇਂ, ਠੀਕ ਹੈ ਜੀ। ਅਤੇ ਉਹ ਕਬੂਤਰ ਜਿਹੜਾ ਆਪਾਂ ਥੱਲੇ ਜੋੜਾ ਛੱਡਿਆ ਸੀ, ਉਹਨਾਂ ਨੇ ਵੀ ਆਂਡੇ ਧਰ ਲਏ, ਜਿਹੜਾ ਉੱਥੇ ਤੋਤਿਆਂ ਜੋੜਾ ਸੀਗਾ, ਤੋਤਿਆਂ ਦੇ ਕਬੂਤਰ ਦਾ, ਬਾਕੀ ਆਹ ਬੱਚਾ ਦੇਖ ਲਓ ਕਿੱਡਾ ਵੱਡਾ ਹੋ ਗਿਆ, ਇੱਧਰ ਵੀ ਸ਼ਾਖੀ ਬੈਠੀ ਆਂਡਿਆਂ 'ਤੇ, ਅਤੇ ਇਹਨਾਂ ਨੇ ਬੱਚਾ ਕੱਢ ਲਿਆ, ਇੱਕ ਆਂਡਾ ਇਹਨਾਂ ਦਾ ਖਰਾਬ ਹੋ ਗਿਆ, ਇੱਕ ਇਹਨਾਂ ਨੇ ਬੱਚਾ ਕੱਢ ਲਿਆ। ਬਾਕੀ ਇਹ ਤੋਤਿਆਂ ਵਾਲਾ ਜਿਹੜਾ ਸੀ, ਜਿਹੜਾ ਤੋਤਿਆਂ ਵਾਲਾ ਕਬੂਤਰ ਜਿਹੜਾ ਉਹ ਵਿਚਾਰਾ ਹੋ ਗਿਆ ਬਿਮਾਰ, ਉਹਦਾ ਨਾ ਗਲ ਪੱਕ ਗਿਆ। ਮੈਂ ਕਬੂਤਰ ਦਾ ਜੋੜਾ ਹੀ ਥੱਲੇ ਹੁਣ ਛੱਡਿਆ ਵਿਆ, ਕੱਲ੍ਹ ਜਗਰੂਪ ਬਾਈ ਆਇਆ ਸੀਗਾ ਉਦੋਂ ਦੇਖਿਆ ਸੀ, ਆਹ ਕਬੂਤਰੀ ਦੇ ਵੀ ਇੱਕ ਆਂਡਾ ਪਲ ਗਿਆ, ਮੈਨੂੰ ਤਾਂ ਦੂਜਾ ਵੀ ਪਲਾ ਹੀ ਲੱਗਦਾ, ਓਏ ਮਤਲਬ ਫੇੜਾ। ਇਹਨਾਂ ਕੋਲ ਵੀ ਬੱਚਾ ਦਿਖਾਉਣ, ਉਹ ਜਿਹਾ ਨਿੱਕਾ ਜਿਹਾ ਖਾ ਲਈ, ਫੀਡ ਫੂਡ ਦਿੱਤੀ ਵੀ ਇਹਨਾਂ ਨੇ ਸਰੋਂ ਸਰੋਂ, ਓਕੇ ਯਾਰ ਰਿਪੋਰਟਾਂ ਲਓ ਜੀ, ਵੀ ਬਹੁਤ ਵੱਡਾ ਹੋ ਜੂਗਾ। ਬਾਕੀ ਇਹਨਾਂ ਵੀ ਬੱਚਾ ਕੱਢਣ ਵਾਲਾ ਹੈ ਨਾ, ਦੇਖਦੇ ਹਾਂ ਆਂਡੇ ਉਂਡੇ। ਬਾਕੀ ਆਹ ਵਾਲੀ ਕਬੂਤਰੀ, ਇਹਨੇ ਵੀ ਆਂਡਾ ਧਰ ਲਿਆ ਆਹ ਕਬੂਤਰ ਨਾਲ, ਠੀਕ ਹੈ ਜੀ। ਅਤੇ ਬਾਕੀ ਹੋਰ ਤਾਂ ਕਿਸੇ ਨੇ ਨਹੀਂ ਨਵਾਂ ਧਰਿਆ ਧੁਰਿਆ ਆਂਡਾ ਉਂਡਾ, ਬਾਈ ਇਹਨਾਂ ਨਹੀਂ ਬੱਚਾ ਕੱਢਿਆ, ਉਹ ਬੱਚੇ ਕੱਢਣਗੇ ਹੁਣ ਸ਼ਾਖ ਹੀ ਕੱਢੂਗੀ। ਅਤੇ ਹੋਰ ਇਹਨਾਂ ਨੇ ਤਾਂ ਕੱਢ ਹੀ ਲਿਆ, ਇੱਕ ਰੱਤਾ ਕੱਢੂਗਾ, ਇੱਕ ਆਹ ਕਬੂਤਰੀ ਇੱਧਰ ਵੀ ਕੱਢੂਗੀ, ਇੱਕ ਆਹ ਕੱਢਣਗੇ। ਇਹਨਾਂ ਦੇ ਆਂਡੇ ਦੇਖ ਲਈਏ ਆਪਾਂ, ਠੀਕ ਆ ਕਿ ਬੱਚੇ ਬੁੱਚੇ ਕੱਢੀ ਜਾਂਦੇ ਆ, ਨਾਲੇ ਆਂਡੇ ਦੋਨੇ ਸੇਫ ਆ ਨਾ,
ਫਿਰ ਤੁਸੀਂ ਯਾਰ ਕਮੈਂਟ ਕਰਦੇ ਹੈ ਨਾ ਵੀ ਛੇੜਿਆ ਨਾ ਕਰ, ਛੇੜਨਾ ਗੱਲ ਆਏ ਨਾ, ਮੈਨੂੰ ਐਂ ਡਰ ਯਾਰ ਇਹਨਾਂ ਦੇ ਵੀ ਉਹ ਜਿਹੜੀ ਚੀਜ਼ ਚੂਜ ਹੈ ਨਾ, ਚੂਹਾ ਕਹਿੰਦੇ ਕਰ ਸਕਦਾ ਇਹ ਕੰਮ, ਇਹਨਾਂ ਦੇ ਤਾਂ ਹਜੇ ਰੋਕ ਕੇ ਕੱਢਣਗੇ, ਲੱਗੂਗਾ ਟਾਈਮ ਥੋੜ੍ਹਾ ਜਿਹਾ, ਦੋ ਚਾਰ ਦਿਨ। ਬਾਕੀ ਆਹ ਸ਼ਿਕੂ ਜੋ ਆਂਡੇ ਗੈਬ ਹੁੰਦੇ ਸੀਗੇ, ਠੀਕ ਹੈ ਜੀ। ਹੁਣ ਚੱਲਦੇ ਹਾਂ ਬਾਹਰ, ਲਓ ਜੀ। ਬਾਕੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਆਪਾਂ ਕੱਲ੍ਹ ਵਾਲੇ ਵਲੋਗ 'ਚ, ਅਤੇ ਜਿਹਨੇ ਨੁਨੇ ਦੇ ਬਾਰੀਆਂ ਵਾਲਾ ਵਲੋਗ ਨਹੀਂ ਦੇਖਿਆ ਹੈ ਨਾ, ਉਹ ਕੱਲ੍ਹ ਵਾਲਾ ਦੇਖ ਲਓ। ਅਤੇ ਇੱਕ ਬਾਈ ਨੇ ਕਮੈਂਟ ਕੀਤਾ ਸੀਗਾ ਵੀ ਉਹ ਟੀ ਸ਼ਰਟ ਤੁਸੀਂ ਪਾਈ ਆ ਪੰਜਾਬ ਪੁਲਿਸ ਵਾਲੀ, ਉਹ ਜਿੱਦਣ ਦੱਸ ਕੇ ਸਬਸਕ੍ਰਾਈਬਰ ਹੋ ਗਏ, ਉਹ ਸਾਰਾ ਹਿਸਾਬ ਕਿਤਾਬ ਦੱਸਾਂਗੇ ਵੀ ਆਪਾਂ ਪੁਲਿਸ 'ਚ ਜਾਂ ਕੌਣ ਪੁਲਿਸ 'ਚ, ਹੈ ਨਾ, ਕੀ ਚੱਕਰ ਆ, ਕੀ ਹਿਸਾਬ ਕਿਤਾਬ ਆ। ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਮੈਂ ਲੱਗਦਾ ਤੁਹਾਨੂੰ, ਠੀਕ ਹੈ ਜੀ। ਅਤੇ ਉਹਨਾਂ ਟਾਈਮ ਲਈ ਦਿਓ ਇਜਾਜ਼ਤ, ਮਿਲਦੇ ਤੁਹਾਨੂੰ ਕੱਲ੍ਹ ਵਾਲੀ ਨਵੀਂ ਵੀਡੀਓ ਨਾਲ। ਬਾਕੀ ਜਿਹੜੇ ਚੈਨਲ ਦੇ ਨਾਲ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਕਰ ਲਓ ਲਾਈਕ, ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਕਿੱਦਾਂ ਲੱਗੀ। ਬਾਏ ਮਿੱਤਰੋ।